ਮੈਂ ਸੁਧੀਰ ਮਹਾਜਨ, ਮਿਊਂਸਪਲ ਕੌਂਸਲਰ ਗੁਰਦਾਸਪੁਰ, ਵਾਰਡ ਨੰਬਰ 21 ਤੋਂ। ਬੇਨਤੀ ਹੈ, ਬਰਿੰਦਰਮੀਤ ਸਿੰਘ ਪਾੜੇ ਹੁਣਾਂ ਦਾ ਜਿਹੜਾ ਪਰਿਵਾਰ ਹੈ, ਇੱਕ ਬਹੁਤ ਵਧੀਆ ਪਰਿਵਾਰ ਹੈ। ਇਹਦੇ ਦਾਦਾ ਜੀ ਕਰਤਾਰ ਸਿੰਘ ਜੀ ਪਾੜਾ MLA ਰਹੇ ਨੇ, ਉਹਨਾਂ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ। ਇਹ ਯੂਥ ਨੇ, ਤਿੰਨ ਬ੍ਰਦਰ ਨੇ, ਮੇਰਾ ਖਿਆਲ ਹਾਰਡਲੀ 2-3 ਸਾਲ ਦਾ ਫਰਕ ਹੋਏਗਾ ਤਿੰਨਾਂ ਦੇ ਵਿੱਚ ਹੀ। ਇਹਨਾਂ ਦੇ ਚਾਚੇ ਤਾਏ ਨੇ, ਉਹਨਾਂ ਦੇ ਵੀ ਬੱਚੇ ਨੇ, ਉਹ ਵੀ 2-3 ਸਾਲ ਦਾ ਫਰਕ ਹੋਏਗਾ ਇਹਨਾਂ ਦੀ ਉਮਰ ਦੇ ਵਿੱਚ। ਬਟ ਅੱਜ ਤੱਕ ਵੀ ਇਸ ਬੱਚਿਆਂ ਦੇ ਪ੍ਰਤੀ ਕਦੀ ਕੋਈ ਨੈਗੇਟਿਵ ਗੱਲ ਨਹੀਂ ਸੁਣੀ, ਹਮੇਸ਼ਾ ਪੋਜ਼ਿਟਿਵ ਗੱਲਾਂ ਸੁਣੀਆਂ ਨੇ, ਔਰ ਇਹਨਾਂ ਨੇ ਹਮੇਸ਼ਾ ਲੋਕਾਂ ਦੀ ਮਦਦ ਕੀਤੀ ਆ। ਮੈਂ ਗੁਰਦਾਸਪੁਰ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਤੁਹਾਡੇ ਕੋਲ ਇੱਕ ਬਹੁਤ ਵਧੀਆ ਮੌਕਾ ਹੈ, ਬਰਿੰਦਰਮੀਤ ਸਿੰਘ ਪਾੜੇ ਨੂੰ ਵੋਟਾਂ ਪਾਓ, ਉਹਨੂੰ ਕਾਮਯਾਬ ਕਰੋ। ਔਰ ਮੈਨੂੰ ਯਕੀਨ ਹੈ 35 ਸਾਲ ਦੀ ਉਮਰ ਦੇ ਵਿੱਚ ਜਿਹੜਾ ਐਡੀ ਵੱਡੀ ਪਾਰਟੀ 'ਚੋਂ ਟਿਕਟ ਲੈ ਕੇ ਆਇਆ, ਉਹ ਤਾਂ ਫਿਊਚਰ ਬ੍ਰਾਈਟ ਹੈ, ਉਹ ਗਲਤ ਕੰਮ ਨਹੀਂ ਕਰੇਗਾ, ਗੁਰਦਾਸਪੁਰ ਦਾ ਵਿਕਾਸ ਕਰੇਗਾ ਔਰ ਗੁਰਦਾਸਪੁਰ ਨੂੰ ਸ਼ਿਖਰਾਂ 'ਤੇ ਲੈ ਕੇ ਜਾਏਗਾ। ਲੋਕਾਂ ਦੇ ਮਨ ਦੇ ਵਿੱਚ ਜੋ ਡਰ ਹੈ, ਜੋ ਖਤਰਾ ਹੈ, ਜੋ ਦਹਿਸ਼ਤ ਦਾ ਮਾਹੌਲ ਹੈ, ਉਹ ਖਤਮ ਹੋਏਗਾ।